ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਿਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਮਠਾੜੂ ਤੁਹਾਡਾ ਸਵਾਗਤ ਕਰਦਾ। ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ, ਸੋ ਵੀਡੀਓ ਦੇ ਵਿੱਚ ਅੰਤ ਤੱਕ ਜ਼ਰੂਰ ਬਣੇ ਰਹਿਣਾ। ਜਿਨ੍ਹਾਂ ਵੀਰਾਂ ਭੈਣਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਿਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ। ਲੋਕ ਸਭਾ ਚੋਣਾਂ ਲਈ ਆਪ ਪੰਜਾਬ ਦੀ ਦੂਜੀ ਸੂਚੀ ਜਾਰੀ, ਦੋ ਉਮੀਦਵਾਰਾਂ ਦਾ ਐਲਾਨ। ਲੋਕ ਸਭਾ ਚੋਣਾਂ 2024 ਲਈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਪ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ। ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਡਾਕਟਰ ਚੱਬੇਵਾਲ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਵਿਧਾਨ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਵੀ ਰਹਿ ਚੁੱਕੇ ਹਨ। ਹਾਲ ਹੀ ਵਿੱਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 9 ਉਮੀਦਵਾਰਾਂ ਦਾ ਨਾਮ ਐਲਾਨਿਆ ਹੈ। ਅਗਲੀ ਖਬਰ ਹੈ, 1 ਜੂਨ ਨੂੰ ਪੰਜਾਬ 'ਚ ਹੋਵੇਗੀ ਗਜ਼ਟਡ ਛੁੱਟੀ। ਪੰਜਾਬ ਵਿੱਚ 1 ਜੂਨ ਨੂੰ ਗਜ਼ਟਡ ਛੁੱਟੀ ਦਾ ਐਲਾਨ ਕੀਤਾ ਗਿਆ ਕਿਉਂਕਿ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਵਿੱਚ ਕੰਮ ਕਰਨ ਵਾਲੇ ਹਿਮਾਚਲ ਪ੍ਰਦੇਸ਼ ਯੂਟੀ ਚੰਡੀਗੜ੍ਹ ਦੇ ਵੋਟਰਾਂ ਨੂੰ 1 ਜੂਨ 2024 ਨੂੰ ਵੋਟਿੰਗ ਵਾਲੇ ਦਿਨ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਾ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡ ਕਾਰਪੋਰੇਸ਼ਨਾਂ, ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਵਿੱਚੋਂ ਜੇਕਰ ਕੋਈ ਯੂਟੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦਾ ਵੋਟਰ ਹੈ ਤਾਂ ਉਹ ਆਪਣੀ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸੰਬੰਧਿਤ ਅਥਾਰਟੀ ਤੋਂ 1 ਜੂਨ ਨੂੰ ਛੁੱਟੀ ਲੈ ਸਕਦਾ ਹੈ। ਅਗਲੀ ਖਬਰ, ਪੰਜਾਬ ਵਿੱਚ ਕੋਈ ਵੀ ਖਰੀਦ ਕੇਂਦਰ ਬੰਦ ਨਹੀਂ ਕੀਤਾ ਗਿਆ ਅਤੇ ਨਾ ਹੀ ਹੋਵੇਗਾ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ 11 ਕਾਰਪੋਰੇਟ ਸਾਈਲੋ ਖਰੀਦ ਕੇਂਦਰਾਂ ਵਿੱਚ ਵਜੋਂ ਅਲਾਟ ਕੀਤੇ ਜਾਣ ਨੂੰ ਲੈ ਕੇ ਕਿਸਾਨ ਯੂਨੀਅਨ ਅਤੇ ਵਿਰੋਧੀ ਪਾਰਟੀਆਂ ਵਿੱਚ ਵਿਰੋਧ ਹੈ। ਪਰ ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ 10 ਸਾਈਲੋ ਖਰੀਦ ਅਤੇ ਭੰਡਾਰਨ ਕੇਂਦਰਾਂ ਵਜੋਂ ਵਰਤੇ ਗਏ ਸਨ। ਇਸ ਦੌਰਾਨ ਪੰਜਾਬ ਸਰਕਾਰ ਨੇ ਮੌਜੂਦਾ 11 ਸਾਈਲੋ ਦੀ ਸੂਚੀ ਦੇ ਵਿੱਚ ਇੱਕ ਹੋਰ ਸਾਈਲੋ ਸ਼ਾਮਲ ਕੀਤਾ ਹੈ, ਜਿਸ ਨਾਲ ਇਹ ਗਿਣਤੀ 12 ਹੋ ਗਈ ਹੈ। 12ਵਾਂ LT Foods ਸਾਈਲੋ ਅੰਮ੍ਰਿਤਸਰ ਦੇ ਪਿੰਡ ਭਗਤਾਂਵਾਲਾ ਦੇ ਵਿੱਚ ਹੈ, ਜਿਸ ਦੀ ਕੁੱਲ ਸਮਰੱਥਾ 50,000 ਟਨ ਹੈ। ਅਗਲੀ ਖਬਰ, 2 ਬੱਚਿਆਂ ਦੀ ਮਾਂ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ। ਬਟਾਲਾ ਦੇ ਨਜ਼ਦੀਕੀ ਪਿੰਡ ਭਾਮ ਦੇ ਇੱਕ ਨੌਜਵਾਨ ਵੱਲੋਂ 2 ਬੱਚਿਆਂ ਦੀ ਮਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸ਼੍ਰੀ ਹਰਗੋਬਿੰਦਪੁਰ ਅਧੀਨ ਆਉਂਦੀ ਪੁਲਿਸ ਚੌਕੀ ਹਰਚੋਵਾਲ ਵੱਲੋਂ ਜਿਹੜਾ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਵਿਅਹੁਤਾ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪਿੰਦਰ ਸਿੰਘ 23 ਸਾਲ ਵਾਸੀ ਭਾਮ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਾ ਮ੍ਰਿਤਕ ਪਿਤਾ ਹਰਜੰਤ ਸਿੰਘ ਨੇ ਦੱਸਿਆ ਕਿ ਇਸਦੇ ਲੜਕੇ ਦੇ ਪਿੰਡ ਦੀ ਹੀ ਵਿਅਹੁਤਾ ਨਾਲ ਸੰਬੰਧ ਸਨ, ਜੋ ਲੜਕੇ 'ਤੇ ਵਿਆਹ ਕਰਨ ਲਈ ਦਬਾਅ ਪਾ ਰਹੀ ਸੀ। ਉਕਤ ਔਰਤ ਨੇ ਲੜਕੇ ਨੂੰ ਘਰ ਬੁਲਾ ਕੇ ਉਸ ਨਾਲ ਵਿਆਹ ਨਾ ਕਰਵਾਉਣ ਅਤੇ ਫੋਟੋਆਂ ਅਤੇ ਵੀਡੀਓ ਵਾਇਰਲ ਕਰਕੇ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ ਸੀ, ਜਿਸ ਤੋਂ ਦੁਖੀ ਹੋ ਕੇ ਗੁਰਪਿੰਦਰ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ। ਅਗਲੀ ਖਬਰ, ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੇ 13 ਲੱਖ ਸਾਲ ਅਤੇ ਭਣੋਈਏ ਨਾਮਜ਼ਦ। ਪੁਲਿਸ ਨੇ ਪੁਰਤਗਾਲ ਭੇਜਣ ਦੇ ਨਾਂ 'ਤੇ 13.5 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਲਾ ਅਤੇ ਭਣੋਈਏ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪਿੰਡ ਬਖਤੜਵਾ ਦੇ ਮੁਨੀਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਸਰਬਜੀਤ ਸਿੰਘ ਵਾਸੀ ਰੇਲ ਮਾਜ਼ਰਾ ਨਵਾਂਸ਼ਹਿਰ, ਜੋ ਕਿ ਆਪਣੇ ਨਾਨਕੇ ਪਿੰਡ ਬਖਤੜਾ ਵਿਖੇ ਕੁਝ ਸਮਾਂ ਰਹਿ ਰਿਹਾ ਸੀ, ਉਸ ਨਾਲ ਉਸਦੀ ਦੋਸਤੀ ਹੋ ਗਈ ਅਤੇ ਬਾਅਦ ਵਿੱਚ ਸਰਬਜੀਤ ਆਪਣੇ ਪਿੰਡ ਚਲਾ ਗਿਆ।
ਇਸ ਦੌਰਾਨ ਉਸਦੀ ਗੱਲਬਾਤ ਹੁੰਦੀ ਰਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇੱਕ ਦਿਨ ਸਰਬਜੀਤ ਨੇ ਦੱਸਿਆ ਕਿ ਉਹ ਅਤੇ ਉਸਦਾ ਸਾਲਾ ਸੌਰਵ ਰਾਣਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ ਅਤੇ ਵੱਖ ਵੱਖ ਵਿਦੇਸ਼ਾਂ ਲਈ ਵੀਜ਼ੇ ਜਿਹੜੇ ਹੈ ਵੱਖ ਵੱਖ ਦੇਸ਼ਾਂ ਦੇ ਲਈ ਵੀਜ਼ੇ ਲਗਾਉਂਦੇ ਹਨ ਅਤੇ ਉਕਤ ਦੋਵੇਂ ਸਾਲਾ ਭਣੋਈਏ ਨੇ ਮਿਲ ਕੇ ਉਸਨੂੰ ਪੁਰਤਗਾਲ ਭੇਜਣ ਲਈ 9 ਲੱਖ ਰੁਪਏ ਦੇਣ ਸੰਬੰਧੀ ਗੱਲਬਾਤ ਕੀਤੀ ਅਤੇ ਬਾਹਰ ਜਾ ਕੇ ਪੈਸੇ ਕਮਾਉਣ ਦੇ ਸੁਪਨੇ ਦਿਖਾਏ। ਮਨੀਸ਼ ਮੁਤਾਬਕ ਉਕਤ ਵਿਅਕਤੀ ਨੇ ਉਸਦਾ ਵੀਜ਼ਾ ਲਗਵਾ ਕੇ ਉਸਨੂੰ ਦੁਬਈ ਭੇਜ ਦਿੱਤਾ। ਉਹ ਆਪ ਉਸਨੂੰ ਉੱਥੇ ਮਿਲ ਕੇ ਮਿਲੇ ਅਤੇ ਇੱਕ ਕਮਰਾ ਕਿਰਾਏ 'ਤੇ ਲੈ ਕੇ ਉਸ ਦੇ ਵਿੱਚ ਰਹਿਣ ਲਈ ਗਿਆ ਅਤੇ ਉਹਨਾਂ ਇਸ ਦੇ ਪੈਸੇ ਉਸਦੇ ਮਾਪਿਆਂ ਤੋਂ ਮੰਗਵਾ ਲਏ ਅਤੇ ਉਸ ਨੂੰ ਕਿਸੇ ਕੰਮ ਨਹੀਂ ਲਗਾਇਆ। ਮੁਨੀਸ਼ ਨੇ ਦੱਸਿਆ ਕਿ ਕਰੀਬ 8 ਮਹੀਨੇ ਦੁਬਈ ਰਿਹਾ ਅਤੇ ਉਕਤ ਵਿਅਕਤੀ ਨੂੰ ਪੁਰਤਗਾਲ ਦਾ ਵੀਜ਼ਾ ਲਗਵਾਉਣ ਲਈ ਆਖਦਾ ਰਿਹਾ। ਉਹਨਾਂ ਨੇ ਉਸਦੇ ਘਰਦਿਆਂ ਤੋਂ ਹੋਰ ਪੈਸੇ ਮੰਗਵਾ ਕੇ ਉਸਦਾ ਨੀਦਰਲੈਂਡ ਦਾ ਵੀਜ਼ਾ ਲਗਵਾ ਦਿੱਤਾ। ਅਗਲੀ ਖਬਰ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਰਿਸ਼ਤੇਦਾਰ ਸਣੇ 8 ਖਿਲਾਫ਼ ਮਾਮਲਾ ਦਰਜ। ਕੈਂਟਰ 'ਚੋਂ 1500 ਪੇਟੀਆਂ ਬੀਅਰ ਅਤੇ ਸ਼ਰਾਬ ਬਰਾਮਦ, 2 ਡਰਾਈਵਰ ਗ੍ਰਿਫਤਾਰ ਹੋਏ ਹੈ। SSP ਫਿਰੋਜ਼ਪੁਰ ਸੋਮੀਆ ਮਿਸ਼ਰਾ IPS ਵੱਲੋਂ ਨਸ਼ਾ ਸਮਗਲਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਉੱਪਰ ਪੂਰੀ ਤਰ੍ਹਾਂ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਗਜ਼ਟਡ ਅਫਸਰਾਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਪੂਰੀ ਮੁਸਤੈਦੀ ਨਾਲ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰ ਰਹੀਆਂ ਹਨ। ਇਸ ਤਹਿਤ ਰਣਧੀਰ ਕੁਮਾਰ, IPS SP ਡੀ ਬਲਕਾਰ ਸਿੰਘ ਅਤੇ ਆਦਿ ਨੇ ਜਿਹੜੀ ਇਹ ਨਿਗਰਾਨੀ ਹੇਠ 1500 ਪੇਟੀਆਂ ਸ਼ਰਾਬ ਅਤੇ ਬੀਅਰ ਦੀਆਂ ਬਰਾਮਦ ਕੀਤੀਆਂ। ਪੁਲਿਸ ਨੇ ਇੱਕ ਟਰੱਕ ਅਤੇ ਇੱਕ ਕੈਂਟਰ ਨੂੰ ਜੋ ਸ਼ਰਾਬ ਲੈ ਕੇ ਭਰੇ ਹੋਏ ਸਨ ਫਰੀਦਕੋਟ ਰੋਡ 'ਤੇ ਪੈਂਦੇ ਇੱਕ ਚੌਂਕ ਦੇ ਵਿੱਚੋਂ ਕਾਬੂ ਕੀਤਾ ਹੈ। ਅਗਲੀ ਖਬਰ, ਸੀਮਿੰਟ ਦੇ ਸਰੀਆ ਸਟੋਰ 'ਚੋਂ 2 ਨੌਜਵਾਨ ਚਿੱਟੇ ਦਿਨ 1,70,000 ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ। ਚੋਣਾਂ ਦੇ ਮੱਦੇਨਜ਼ਰ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖ਼ਤੀ ਵਰਤਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਕਸਬਾ ਕਲਾਨੌਰ ਵਿਖੇ ਮੰਗਲਵਾਰ ਨੂੰ ਚਿੱਟੇ ਦਿਨ 2 ਨੌਜਵਾਨ ਸੀਮਿੰਟ ਸਰੀਏ ਦੀ ਦੁਕਾਨ ਵਿੱਚੋਂ 1,70,000 ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਗੱਲੇ ਦੇ ਵਿੱਚੋਂ ਨਕਦੀ ਕੱਢਦਾ ਚੋਰ CCTV ਕੈਮਰੇ ਦੇ ਵਿੱਚ ਕੈਦ ਹੋਣ ਤੋਂ ਬਾਅਦ ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀ ਲਾਲ ਗੁਰਬਖਸ਼ ਰਾਏ ਐਂਡ ਸੀਮਿੰਟ ਦੇ ਸਰੀਆ ਸਟੋਰ ਦੇ ਮਾਲਕ ਅਮਿਤ ਵੋਰਾ ਨੇ ਦੱਸਿਆ ਕਿ ਉਸਦਾ ਪਿਤਾ ਗੁਰਬਖਸ਼ ਰਾਏ 4:18 ਦੇ ਕਰੀਬ ਜਦੋਂ ਦੁਕਾਨ 'ਤੇ ਇਕੱਲਾ ਬੈਠਾ ਸੀ ਤਾਂ ਇਸ ਦੌਰਾਨ 2 ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਉਹਨਾਂ ਨੇ ਕਿਹਾ ਕਿ ਖੁੱਲ੍ਹਾ ਸੀਮਿੰਟ ਚਾਹੀਦਾ। ਇਸ ਦੌਰਾਨ ਗੁਰਬਖਸ਼ ਰਾਏ ਜਦੋਂ ਦੂਸਰੀ ਦੁਕਾਨ ਵਿੱਚ ਇੱਕ ਨੌਜਵਾਨ ਨੂੰ ਖੁੱਲ੍ਹਾ ਦੇਣ ਲਈ ਜਿਹੜਾ ਗਿਆ ਤਾਂ ਇਸ ਦੌਰਾਨ ਦੂਸਰਾ ਨੌਜਵਾਨ ਗੱਲੇ ਵਿੱਚੋਂ ਪਈ 1,70,000 ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਿਆ। ਅਗਲੀ ਖਬਰ, ਸੁਖਬੀਰ ਸਿੰਘ ਬਾਦਲ ਲਈ ਅੱਜ 13 ਉਮੀਦਵਾਰਾਂ ਦੀ ਚੋਣ ਵੱਡੀ ਚੁਣੌਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੰਨੀ ਦਿਨੀ ਪੰਜਾਬ ਬਚਾਓ ਯਾਤਰਾ 'ਚ ਰੁੱਝੇ ਹੋਏ ਹਨ, ਪਰ ਪੰਜਾਬ 'ਚ ਲੰਬੇ ਸਮੇਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਇਕੱਠੇ ਲੋਕ ਸਭਾ ਚੋਣਾਂ ਲੜਦੀ। ਸੁਖਬੀਰ ਦੇ ਲਈ ਹੁਣ 13 ਸੀਟਾਂ 'ਤੇ ਜਿੱਤ ਹਾਸਲ ਕਰਨ ਦੇ ਲਈ ਉਮੀਦਵਾਰਾਂ ਦੀ ਤਲਾਸ਼ ਕਰਨਾ ਇੱਕ ਗੁੰਝਲਦਾਰ ਕੰਮ ਹੈ। ਪਹਿਲਾਂ ਅਕਾਲੀਆਂ ਦਾ ਮੰਨਣਾ ਸੀ ਕਿ ਜੇਕਰ ਭਾਜਪਾ ਨਾਲ ਗੱਠਜੋੜ ਹੋ ਜਾਂਦਾ ਤਾਂ ਸਭ ਕੁਝ ਠੀਕ ਹੋ ਜਾਵੇਗਾ, ਪਰ ਭਾਜਪਾ ਦੇ ਬਾਏ ਬਾਏ ਕਹਿਣ ਤੋਂ ਬਾਅਦ ਹੁਣ ਅਕਾਲੀ ਦਲ ਲਈ 13 ਉਮੀਦਵਾਰ ਲੱਭਣੇ ਔਖੇ ਹੋ ਗਏ ਹਨ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚੰਡੀਗੜ੍ਹ ਵਿਖੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਲਈ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਸਹਿਮਤੀ ਲੈਣ ਲਈ ਗੱਲ ਸੁਣਨ ਦੀ ਆਗੂਆਂ ਨਾਲ ਮੀਟਿੰਗ ਕੀਤੀ। 10 ਦੇ ਕਰੀਬ ਹਰੀ ਝੰਡੀ ਦਿੱਤੀ ਗਈ ਹੈ, ਜਿਵੇਂ ਕਿ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਜਲੰਧਰ ਤੋਂ ਡਾਕਟਰ ਸੁੱਖੀ, ਲੁਧਿਆਣਾ ਤੋਂ ਕਾਕਾ ਸੂਦ, ਸੰਗਰੂਰ ਤੋਂ ਪਰਮਿੰਦਰ ਢੀਂਡਸਾ, ਸੰਗਰੂਰ ਤੋਂ ਡਾਕਟਰ ਅਤੇ ਅਨੰਦਪੁਰ ਸਾਹਿਬ ਤੋਂ ਡਾਕਟਰ ਜਿਹੜੇ ਹਨ। ਉਸ ਤੋਂ ਇਲਾਵਾ ਚੀਮਾ, ਪਟਿਆਲਾ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਠਿੰਡਾ ਤੋਂ ਬੀਬਾ ਹਰਸਿਮਰਤ ਬਾਦਲ, ਖਡੂਰ ਸਾਹਿਬ ਤੋਂ ਬਿਕਰਮ ਮਜੀਠੀਆ, ਫਿਰੋਜ਼ਪੁਰ ਤੋਂ ਨੋਨੀ ਮਾਨ ਆਦਿ ਹਨ। ਅਗਲੀ ਖਬਰ ਕੱਥੂ ਨੰਗਲ ਤੋਂ ਆ ਰਹੀ। ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਜੀ।
ਪਤਨੀ ਦੇ ਸਾਲੇ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ। ਥਾਣਾ ਕੱਥੂ ਨੰਗਲ ਅਧੀਨ ਪੈਂਦੇ ਪਿੰਡ ਜੈਬ ਵਾਲੀ ਦੇ ਰਹਿਣ ਵਾਲੇ ਨੌਜਵਾਨ ਜਗਰੂਪ ਸਿੰਘ, ਜਿਸ ਦਾ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਨੇ ਆਪਣੀ ਪਤਨੀ ਅਤੇ ਸਾਲੇ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਜੈਬ ਵਾਲੀ ਦਾ ਵਿਆਹ 4 ਮਹੀਨੇ ਪਹਿਲਾਂ ਲਵਲੀਨ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਬਾਬੋਵਾਲ ਥਾਣਾ ਕੱਥੂ ਨੰਗਲ ਨਾਲ ਹੋਇਆ ਸੀ। ਝਗੜਾ ਰਹਿੰਦਾ ਸੀ ਦੋਨਾਂ ਦੇ ਵਿੱਚ। ਲਵਲੀਨ ਕੌਰ ਆਪਣੇ ਨਾਨਕੇ ਘਰ ਚਲੀ ਗਈ। ਉਹ ਆਪਣੇ ਭਰਾ ਲਵਕਰਨ ਸਿੰਘ ਨਾਲ ਮਿਲ ਕੇ ਪਤੀ ਨੂੰ ਤੰਗ ਪਰੇਸ਼ਾਨ ਕਰਨ ਲੱਗੀ, ਜਿਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਉਸਨੇ ਜਿਹੜੀ ਖੁਦਕੁਸ਼ੀ ਕੀਤੀ ਹੈ ਫਾਹਾ ਲੈ ਕੇ। ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ। ਮਿਲਦੇ ਹਾਂ ਜੀ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਿਨ ਦੇ ਨਾਲ। ਤਦ ਤੱਕ ਦੇ ਲਈ ਮਿਹਰਬਾਨੀ, ਧੰਨਵਾਦ ਜੀ।